ਅਮਰਿਤਪਾਲ ਸਿੰਘ ਨੂੰ ਇਹ ਸਵਾਲ ਹੈ ਕਿ ਦਰਬਾਰ ਸਾਹਿਬ ਦੇ ਸ਼ਬਦ ਕੀਰਤਨ ਦਾ ਵਪਾਰੀਕਰਨ ਹੋ ਰਿਹਾ ਹੈ ਬੇਨਤੀਆਂ ਵੀ ਕੀਤੀਆਂ ਕਿ ਇਹ ਵਪਾਰੀਕਰਨ ਬੰਦ ਹੋਣਾ ਚਾਹੀਦਾ ਹੈ ਅੱਜ 4 ਮਹੀਨੇ ਹੋ ਗਏ ਅਮਰਿਤਪਾਲ ਸਿੰਘ ਨੂੰ ਉਹ ਕਿਉਂ ਨਹੀਂ ਕਹਿੰਦਾ ਕਿ ਵੀ ਇਹਦਾ ਵਪਾਰੀਕਰਨ ਬੰਦ ਹੋਣਾ ਚਾਹੀਦਾ ਹੈ ਇੱਥੇ ਕੋਈ ਪਰਿਵਾਰ ਦਾ ਕਬਜ਼ਾ ਹੈ ਉਹਦੇ ਬਾਰੇ ਕਦੀ ਕੋਈ ਅਮਰਿਤਪਾਲ ਸਿੰਘ ਨੇ ਨਹੀਂ ਕਿਹਾ ਕਿਉਂ ਨਹੀਂ ਕਹਿੰਦਾ ਅਮਰਿਤਪਾਲ ਸਿੰਘ ਕਿ ਪਿਛਲੇ 3 ਸਾਲ ਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੇ ਆਰਜੀ ਤੌਰ ਤੇ ਕੰਮ ਕਰ ਰਹੇ ਉਹਨਾਂ ਦੀ ਨਿਯੁਕਤੀ ਪਰਮਨੈਂਟ ਕਿਉਂ ਨਹੀਂ ਹੋਣੀ ਚਾਹੀਦੀ ਉਹ ਵੱਡੇ ਬੰਦਿਆਂ ਦੇ ਹੱਕ ਵਿੱਚ ਬੋਲ ਰਿਹਾ ਤੇ ਨਸ਼ਾ ਵਿਕਵਾਂਦੇ ਉਹ ਸਾਰੇ ਜਿਹੜੇ ਲੋਗ ਹਨ ਉਹਨਾਂ ਬਾਰੇ ਅਮਰਿਤਪਾਲ ਸਿੰਘ ਚੁੱਪ ਹੈ ਤੁਸੀਂ ਕਿਹਾ ਕਿ ਜਿਹੜੀਆਂ ਗੱਲਾਂ ਤੇ ਹੋਰ ਬੋਲਣਾ ਚਾਹੀਦਾ ਅਮਰਿਤਪਾਲ ਸਿੰਘ ਨਹੀਂ ਬੋਲਦੇ ਇੱਕ ਗੁਰਬਾਣੀ ਦੇ ਪ੍ਰਸਾਰ ਨੂੰ ਲੈ ਕੇ ਵੀ ਬਹੁਤ ਵਾਰੀ ਅਕਾਲ ਤਖਤ ਸਾਹਿਬ ਤੋਂ ਵੀ ਕਿਹਾ ਗਿਆ ਕਿ ਮਹੀਨੇ ਦੇ ਅੰਦਰ ਅੰਦਰ ਪ੍ਰਬੰਧ ਕਰੋ ਪਰ ਨਹੀਂ ਹੋਇਆ ਕੁਝ ਅਧਿਕਾਰ ਨੇ ਜਿਹੜੇ ਜਮਾਏ ਹੋਏ ਨੇ ਉਸ ਬਾਰੇ ਵੀ ਅਮਰਿਤਪਾਲ ਸਿੰਘ ਦਾ ਕੋਈ ਬਿਆਨ ਹੱਲੇ ਆਇਆ ਨਹੀਂ ਦੇਖੋ ਅਮਰਿਤਪਾਲ ਸਿੰਘ ਔਰਾਂ ਦਾ ਜੋ ਨਜ਼ਰੀਆ ਤੇ ਜੋ ਦਿਸ਼ਾ ਉਹ ਰਜਵਾੜਿਆਂ ਵੱਲ ਨਹੀਂ ਹੈਗੀ ਜਿੰਨੀ ਸਮਗਲਿੰਗ ਕਰਦੇ ਨੇ ਜਿੰਨੀ ਡਰੱਗ ਵੇਚਦੇ ਨੇ ਪੁਲਿਸ ਵਾਲੇ ਔਰ ਪਿੰਡਾਂ ਵਿੱਚ ਜਿਹੜੇ ਅਮੀਰ ਆਦਮੀ ਨੇ ਉਹ ਡਰੱਗ ਵੇਚਦੇ ਨੇ ਤੇ ਗਰੀਬਾਂ ਦੇ ਬੱਚਿਆਂ ਨੂੰ ਡਰੱਗ ਸਪਲਾਈ ਹੁੰਦੀ ਹੈ ਉਹਨਾਂ ਵਿਰੁੱਧ ਕੁਝ ਨਹੀਂ ਬੋਲਦਾ ਅਮਰਤਪਾਲ ਸਿੰਘ ਨੂੰ ਇਹ ਸਵਾਲ ਹੈ ਕਿ ਦਰਬਾਰ ਸਾਹਿਬ ਦੇ ਸ਼ਬਦ ਕੀਰਤਨ ਦਾ ਵਪਾਰੀਕਰਨ ਹੋ ਰਿਹਾ ਹੈ ਕਈ ਸੰਸਥਾਵਾਂ ਨੇ ਉਹਨਾਂ ਨੂੰ SGPC ਦੇ ਪ੍ਰਧਾਨ ਨੂੰ ਤੇ ਅਕਾਲ ਤਖਤ ਨੂੰ ਮੈਮੋਰੰਡਮ ਵੀ ਦਿੱਤੇ ਬੇਨਤੀਆਂ ਵੀ ਕੀਤੀਆਂ ਕਿ ਇਹ ਵਪਾਰੀਕਰਨ ਬੰਦ ਹੋਣਾ ਚਾਹੀਦਾ ਹੈ ਅੱਜ 4 ਮਹੀਨੇ ਹੋ ਗਏ ਅਮਰਿਤਪਾਲ ਸਿੰਘ ਨੂੰ ਪੰਜਾਬ ਵਿੱਚ ਫਿਰਦਿਆਂ ਟੁਰਦਿਆਂ ਪ੍ਰਚਾਰ ਕਰਦਿਆਂ ਅਮਰਿਤ ਛਕਾਨਿਆਂ ਉਹ ਕਿਉਂ ਨਹੀਂ ਕਹਿੰਦਾ ਕਿ ਵੀ ਇਹਦਾ ਵਪਾਰੀਕਰਨ ਬੰਦ ਹੋਣਾ ਚਾਹੀਦਾ ਔਰ ਜਿਹੜਾ ਸਿਰਫ ਇੱਕੋ ਪਰਿਵਾਰ ਦੀ ਇਕਾਧਾਰੀਆ ਮੁਨਾਫਲੀ ਹੈ ਗੁਰੂ ਸਾਹਿਬ ਨੇ ਤੇ ਪੰਜ ਪਿਆਰੇ ਬਣਾਏ ਗੁਰੂ ਸਾਹਿਬ ਨੇ ਤੇ ਉਹਨਾਂ ਤੋਂ ਉਦੇਸ਼ ਲੇ ਤੇ ਇੱਥੇ ਕੀ ਹੋ ਰਿਹਾ ਹੈ ਇੱਥੇ ਕੋਈ ਪਰਿਵਾਰ ਦਾ ਕਬਜ਼ਾ ਹੈ ਉਹਦੇ ਬਾਰੇ ਕਦੀ ਕੋਈ ਅਮਰਿਤਪਾਲ ਸਿੰਘ ਨੇ ਨਹੀਂ ਕਿਹਾ ਇਹ ਦਾ ਖੁੱਲਾ ਪ੍ਰਚਾਰ ਹੋਣਾ ਚਾਹੀਦਾ ਹੈ ਔਰ ਇਹ ਦਾ ਇੱਕ ਸਿਸਟਮ ਬਣਾਇਆ ਜਾਣਾ ਚਾਹੀਦਾ ਹੈ ਕਿ ਜਿਹੜਾ ਵੀ ਆਪਣੇ ਚੈਨਲਾਂ ਤੇ ਦਰਬਾਰ ਸਾਹਿਬ ਦੇ ਸ਼ਬਦ ਕੀਰਤਨ ਦਾ ਜਾਂ ਅੰਦਰ ਦੀ ਜੋ ਵੀ ਰੋਜ਼ ਦੀ ਮਰਿਆਦਾ ਹੈ ਪ੍ਰਕਿਰਿਆ ਉਸ ਨੂੰ ਪ੍ਰਸਾਰਨਾ ਚਾਹੁੰਦਾ ਤਾਂ ਉਹ ਉਹਦਾ ਐਸਜੀਪੀਸੀ ਅਰੇਂਜ ਕਰਕੇ ਦੇ ਉਹਦਾ ਕਨੈਕਸ਼ਨ ਬਾਹਰ ਲਾਏ ਤਾਂ ਜੇ ਉਥੋਂ ਜਾ ਕੇ ਜਿਹੜਾ ਵੀ ਪ੍ਰਚਾਰ ਕਰਨਾ ਚਾਹੁੰਦਾ ਉਹਦੀ ਥੋੜੀ ਜੀ ਫੀਸ ਹੋਵੇ ਨਾ ਹੀ ਕਦੀ ਇੱਕ ਚੈਨਲ ਉਹਨੂੰ ساری ਦੁਨੀਆ ਦੇ ਸਿੱਖਾਂ ਕੋਲ ਸਾਰੇ ਲੋਕਾਂ ਕੋਲ ਪਹੁੰਚਾ ਸਕਦਾ ਤੋਂ ਇਸ ਬਾਰੇ ਕਿਉਂ ਨਹੀਂ ਬੋਲਿਆ ਅੱਜ ਤੱਕ ਅਮਰਪਾਲ ਸਿੰਘ ਜੀ ਨੂੰ ਬੋਲਣਾ ਚਾਹੀਦਾ ਔਰ ਐਸਜੀਬੀਸੀ ਨੂੰ ਆਦੇਸ਼ ਦਿੱਤੇ ਅਕਾਲ ਤਖਤ ਦੇ ਜਥੇਦਾਰ ਹਰਪ੍ਰੀਤ ਸਿੰਘ ਨੇ ਕਿ 1 ਮਹੀਨੇ ਵਿੱਚ ਤੁਸੀਂ ਆਪਣਾ ਸੈਟਲਾਈਟ ਚੈਨਲ ਬਣਾਓ ਹਰਪ੍ਰੀਤ ਸਿੰਘ ਯਾਨੀ ਅਕਾਲ ਤਖਤ ਦੇ ਜਥੇਦਾਰ ਦੇ ਆਦੇਸ਼ ਨੂੰ ਤੇ ਐਸਜੀਬੀਸੀ ਨਹੀਂ ਮੰਨ ਰਹੀ ਕਿਉਂ ਨਹੀਂ ਮੰਨ ਰਹੀ ਉਹਦਾ ਕਾਰਨ ਇਹ ਹੈ ਕਿ ਸੁਖਬੀਰ ਦਾ ਉਹ ਚੈਨਲ ਹੈ ਸੁਖਬੀਰ ਬਾਦਲ ਦਾ ਚੈਨਲ ਹੈ ਇਸ ਲਈ ਐਸਜੀਬੀਸੀ ਤੇ ਕਬਜ਼ਾ ਸੁਖਬੀਰ ਦੀ ਪਾਰਟੀ ਦਾ ਤੇ ਸੁਖਬੀਰ ਦੀ ਪਾਰਟੀ ਦੇ ਕਬਜ਼ੇ ਵਾਲੀ ਐਸਜੀਬੀਸੀ ਨੇ ਨਿਯੁਕਤੀ ਕੀਤੀ ਹੋਈ ਹੈ ਹਰਪ੍ਰੀਤ ਸਿੰਘ ਦੀ ਕਿਉਂ ਨਹੀਂ ਕਹਿੰਦਾ ਅਮਰਿਤਪਾਲ ਸਿੰਘ ਕਿ ਪਿਛਲੇ 3 ਸਾਲ ਦਾ ਅਕਾਲ ਤਖਤ ਦੇ ਜਥੇਦਾਰ ਸਾਹਿਬ ਜਿਹੜੇ ਉਹ ਆਰਜੀ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਦੀ ਨਿਯੁਕਤੀ ਪਰਮਨੈਂਟ ਕਿਉਂ ਨਹੀਂ ਹੋਣੀ ਚਾਹੀਦੀ ਮਤਲਬ ਉਸ ਨੂੰ ਉਹ ਵੱਡੇ ਬੰਦਿਆਂ ਦੇ ਹੱਕ ਵਿੱਚ ਬੋਲ ਰਿਹਾ ਮੇਰਾ ਇਹ ਉਹਦੇ ਬਾਰੇ ਪਰਸੈਪਸ਼ਨ ਬਣਿਆ ਮੇਰਾ ਇਹ ਉਹਦੇ ਬਾਰੇ ਮੰਨਣਾ ਹੈ ਕਿ ਉਹ ਜੋ ਪੰਜਾਬ ਵਿੱਚ ਕਰ ਰਿਹਾ ਜਿਹੜੇ ਰਜਵਾੜੇ ਸਿੱਖਨ ਜਿਨ੍ਹਾਂ ਵਿੱਚ ਸਿੱਖੀ ਬਹੁਤ ਘੱਟ ਹੈਗੀਏ ਜਿਹੜੇ ਦਾੜੀਆਂ ਕੱਟਦੇਨ ਸ਼ਰਾਬ ਪੀਂਦੇਨ ਤੇ ਨਸ਼ਾ ਵਿਕਵਾਂਦੇ ਉਹ ਸਾਰੇ ਜਿਹੜੇ ਲੋਗਨ ਉਹਨਾਂ ਬਾਰੇ ਅੰਮ੍ਰਿਤਪਾਲ ਸਿੰਘ ਚੁੱਪ